ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਸਾਡੇ ਗੁਰੂ ਅਸਥਾਨ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਇਸ ਗੁਰੂ ਅਸਥਾਨ ਦੇ ਅਸੀਂ ਕਰਨੇ ਆ ਦਰਸ਼ਨ ਅਤੇ ਨਾਲੇ ਜਾਣ ਦੇ ਇੱਥੋਂ ਦਾ ਇਤਿਹਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਠੰਡਾ ਬੁਰਜ ਉਹ ਅਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜ਼ਾਲਮ ਹਕੂਮਤ ਨੇ ਇਸ ਜਗ੍ਹਾ 'ਤੇ ਬਿਠਾਏ ਸਨ। ਠੰਡੇ ਬੁਰਜ ਦੇ ਅਸਥਾਨ 'ਤੇ ਅਸੀਂ ਖੜ੍ਹੇ ਹੋਏ ਹਾਂ। ਆਓ ਜਾਣਦੇ ਹਾਂ ਇੱਥੋਂ ਦਾ ਇਤਿਹਾਸ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜਾਣਦੇ ਹਾਂ ਇੱਥੇ ਦਾ ਇਤਿਹਾਸ ਜੀ ਬਾਬਾ ਜੀ ਪਾਸੋਂ। ਹਾਂਜੀ ਬਾਬਾ ਜੀ, ਸਿੱਖ ਜਗਤ ਦੇ ਮਹਾਨ ਅਸਥਾਨ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਧੰਨ ਗੁਰਦੇਵ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਅਸਥਾਨ ਤੋਂ ਦਾਸ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਤਿਗੁਰੂ ਜਾਂ ਆਹੀ ਠੰਡਾ ਬੁਰਜ ਹੈ ਜਿੱਥੇ ਲਿਆ ਕੇ ਸਾਹਿਬਜ਼ਾਦਿਆਂ ਨੂੰ ਇੱਥੇ ਕੈਦ ਕਰਾਇਆ ਗਿਆ। ਅਤੇ ਇਹ ਜਿਹੜਾ ਸਤਲੁਜ ਦਰਿਆ ਹੈ ਇੱਥੇ ਚੱਲਦਾ ਸੀ, ਜਿੱਥੇ ਅਸੀਂ ਖੜ੍ਹੇ ਹਾਂ ਬਿਲਕੁਲ ਹੂ ਬਹੂ। ਅਤੇ ਤੁਹਾਨੂੰ ਪਤਾ ਹੈ ਵੀ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ। ਸਾਹਿਬਜ਼ਾਦੇ ਛੋਟੇ ਛੋਟੇ 7 ਤੇ 9 ਸਾਲ ਜਾਂ 80 ਸਾਲ ਦੀ ਮਾਤਾ ਜਦੋਂ ਇਹ ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਇੱਥੇ ਠੰਡੇ ਬੁਰਜ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਤਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਜਪਜੀ ਸਾਹਿਬ ਦੀਆਂ ਲੋਰੀਆਂ ਮਿਲੀਆਂ ਸੀ। ਉਹਨਾਂ ਨੇ ਆਪਣੇ ਧਰਮ ਤੋਂ ਬੇਮੁੱਖ ਨਾ ਹੁੰਦਿਆਂ ਹੋਇਆਂ ਸਿੱਖ ਕੌਮ ਨੂੰ ਸਗੋਂ ਹੁਲਾਰਾ ਦੇਣ ਦੇ ਵਾਸਤੇ ਇੱਥੇ ਧਰਮ ਪਾਲਿਆ। ਇੱਥੋਂ ਹੀ ਜਾ ਕੇ ਉੱਥੇ ਜਾ ਕੇ ਉਹ ਫਤਿਹ ਬੁਲਾਉਂਦੇ ਰਹੇ। ਇਹ ਉਹ ਸ਼ਹੀਦੀ ਅਸਥਾਨ ਹੈ, ਠੰਡਾ ਬੁਰਜ ਹੈ, ਸਿੱਖ ਕੌਮ ਦੇ ਵਾਸਤੇ ਰੋਲ ਮਾਡਲ ਹੈ। ਅਤੇ ਜਿਹੜੀ ਸਾਡੀ ਨਿਊ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ ਬੱਚੇ, ਉਹਨਾਂ ਦੇ ਵਾਸਤੇ ਬਹੁਤ ਵੱਡਾ ਇੱਕ ਮੈਸੇਜ ਹੈ ਸੁਣਿਆ ਅਤੇ ਬੱਚਿਓ ਇਹ ਅਸਥਾਨ 'ਤੇ ਆਓ। ਖਾਸ ਕਰਕੇ ਇੰਗਲੈਂਡ, UK, ਜਿੰਨੇ ਵੀ ਅਮੈਰੀਕਾ, ਕੈਨੇਡਾ, ਯੂਰਪ ਦੀਆਂ ਸਿੱਖ ਸੰਗਤਾਂ ਨੇ ਬੜੀ ਉੱਥੇ ਸਿੱਖੀ ਦੇ ਵਿੱਚ ਦਾਸ ਮੈਂ ਜਾਂਦਾ ਰਹਿੰਦਾ ਵੇਖ ਕੇ ਤੁਹਾਨੂੰ ਕਿ ਬੜੇ ਤੁਸੀਂ ਚੜ੍ਹਦੀ ਕਲਾ 'ਚੋਂ, ਪਰ ਤੁਸੀਂ ਆ ਕੇ ਇਸ ਅਸਥਾਨ ਦੇ ਜਦੋਂ ਦਰਸ਼ਨ ਕਰੋਗੇ ਫਿਰ ਪਤਾ ਲੱਗੇਗਾ ਕਿ ਇੱਥੇ ਧਰਮ ਦੇ ਵਾਸਤੇ ਕੁਰਬਾਨੀਆਂ ਹੋਈਆਂ, ਬਦਲੇ ਇੱਟਾਂ ਦੇ ਨੀਹਾਂ ਵਿੱਚ ਲਾਲ ਦਿੱਤੇ ਤਾਂ ਇਹ ਸਿੱਖੀ ਦਾ ਮਹਿਲ ਤਿਆਰ ਹੋਇਆ। ਇਹ ਠੰਡਾ ਬੁਰਜ, ਇਹ ਥੱਲੇ ਸ਼ਹੀਦੀ ਦੀਵਾਰ, ਇਹ ਸਿੱਖੀ ਦਾ ਮਹਿਲ ਹੈ। ਇੱਥੇ ਆ ਕੇ ਆਪ ਸਾਰੇ ਸਿੱਖ ਸੰਗਤਾਂ ਦਰਸ਼ਨ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ ਬੱਚਿਓ, ਕੇਸਾਂ ਦੀ ਰਹਿਤ ਰੱਖੋ, ਨਸ਼ਿਆਂ ਤੋਂ ਰਹਿਤ ਹੋਵੋ। ਸਾਰਿਆਂ ਨੂੰ ਫਿਰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਖੜ੍ਹੇ ਹਾਂ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ। ਇਹ ਉਹ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਅਸੀਂ ਇਸ ਗੁਰੂ ਅਸਥਾਨ ਦੇ ਦਰਸ਼ਨ ਕਰਨੇ ਹਾਂ ਜੀ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਤੁਹਾਨੂੰ ਇਸ ਅਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਰਹੰਦ ਦੀ ਧਰਤੀ 'ਤੇ ਅਸੀਂ ਖੜ੍ਹੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿਖੇ। ਇਹ ਉਹ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ। ਦੀਵਾਨ ਟੋਡਰ ਮੱਲ ਨੇ ਇਸ ਜਗ੍ਹਾ ਤੋਂ ਜ਼ਾਲਮ ਹਕੂਮਤ ਕੋਲੋਂ ਮੋਹਰਾਂ ਖੜ੍ਹੀਆਂ ਕਰਕੇ ਜਗ੍ਹਾ ਖਰੀਦੀ ਅਤੇ ਇਸ ਜਗ੍ਹਾ 'ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ। ਆਓ ਇਸ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਅਤੇ ਆਪਣਾ ਜੀਵਨ ਸਫਲ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਦੀਵਾਨ ਟੋਡਰਮੱਲ ਦੀ ਹਵੇਲੀ ਦੇ ਆ ਦੇਖੋ ਤੁਸੀਂ ਅਸਥਾਨ ਦੀਵਾਨ ਟੋਡਰਮੱਲ ਦੀ ਹਵੇਲੀ ਦੇਖੋ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਹਵੇਲੀ ਨੂੰ ਜਹਾਜ਼ਾਂ ਵਾਲੀ ਹਵੇਲੀ ਵੀ ਕਿਹਾ ਜਾਂਦਾ ਗੁਰੂ ਪਿਆਰੀ ਸਾਧ ਸੰਗਤ ਜੀਓ ਦੀਵਾਨ ਟੋਡਰਮੱਲ ਉਹ ਦੀਵਾਨ ਟੋਡਰਮੱਲ ਹੋਇਆ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਵਾਸਤੇ ਮੋਹਰਾਂ ਖੜੀਆਂ ਕਰਕੇ ਜਗ੍ਹਾ ਮੁੱਲ ਖਰੀਦੀ ਜ਼ਾਲਮ ਹਕੂਮਤ ਕੋਲੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਅੱਜ ਉਸ ਦੀ ਹਵੇਲੀ ਨੂੰ ਵੇਖ ਕੇ ਦਿਲ ਰੋਂਦਾ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਹਵੇਲੀ ਦਾ ਕਿੰਨਾ ਮਾੜਾ ਹਾਲ ਹੋਇਆ ਅੱਜ ਇਸ ਹਵੇਲੀ ਨੂੰ ਵੇਖ ਕੇ ਦਿਲ ਰੋਂਦਾ ਉਹ ਦੀਵਾਨ ਟੋਡਰਮੱਲ ਜਿਹਨੇ ਉਸ ਸਮੇਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਮੁੱਲ ਲੈ ਕੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਉਸ ਸਮੇਂ ਦਾ ਕਿੰਨਾ ਅਮੀਰ ਗੁਰਸਿੱਖ ਹੋਵੇਗਾ ਅਤੇ ਅੱਜ ਅਸੀਂ ਉਹਨਾਂ ਦੀ ਹਵੇਲੀ ਨੂੰ ਵੀ ਸਾਂਭ ਕੇ ਨਹੀਂ ਰੱਖ ਸਕੇ ਦੇਖੋ ਉਸ ਦੀ ਹਵੇਲੀ ਦੀ ਕਿੰਨੀ ਹਾਲਤ ਮਾੜੀ ਹੈ ਅਸੀਂ ਉਹਨਾਂ ਦੀ ਹਵੇਲੀ ਉਹਨਾਂ ਦੀ ਵਿਰਾਸਤ ਨੂੰ ਸਾਂਭ ਨਹੀਂ ਸਕੇ ਫਰਜ਼ ਤਾਂ ਸਾਡਾ ਇਹ ਬਣਦਾ ਸੀ ਕਿ ਦੀਵਾਨ ਟੋਡਰਮੱਲ ਦੀ ਜਿੱਥੇ ਹਵੇਲੀ ਹੈ ਇੱਥੇ ਆਲੀ ਸ਼ਾਨ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੁੰਦਾ ਅਤੇ ਦੀਵਾਨ ਟੋਡਰਮੱਲ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੁੰਦਾ ਜਦੋਂ ਗੁਰਸਿੱਖ ਸੰਗਤਾਂ ਇੱਥੇ ਆਉਂਦੀਆਂ ਦਰਸ਼ਨ ਕਰਦੀਆਂ ਅਤੇ ਦੀਵਾਨ ਟੋਡਰਮੱਲ ਨੂੰ ਯਾਦ ਕਰਦੀਆਂ ਪਰ ਇੱਥੇ ਆ ਕੇ ਮਨ ਬਹੁਤ ਦੁਖੀ ਹੋਇਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦੇਖੋ ਹਵੇਲੀ ਦੀ ਕਿੰਨੀ ਮਾੜੀ ਹਾਲਤ ਹੈ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਅਸਥਾਨ ਦੇ ਜੀ ਆਓ ਜੀ ਤੁਹਾਨੂੰ ਦਰਸ਼ਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਅੱਜ ਅਸੀਂ ਖੜ੍ਹੇ ਹਾਂ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਅਸਥਾਨ 'ਤੇ ਇਸ ਅਸਥਾਨ 'ਤੇ
ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਹ ਗਲਾਸ ਸ਼ੋਭਤ ਹਨ ਜਿਹੜੇ ਗਲਾਸਾਂ ਰਾਹੀਂ ਬਾਬਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਸੀ। ਇਹ ਉਹ ਅਸਥਾਨ ਹੈ ਜੀ ਬਾਬਾ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦਾ। ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ, ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ, ਮਾਤਾ ਗੁੱਜਰ ਕੌਰ ਜੀ ਨੂੰ ਦੁੱਧ ਛਕਾਇਆ, ਸੇਵਾ ਕੀਤੀ, ਉਸ ਅਸਥਾਨ 'ਤੇ ਅਸੀਂ ਖੜ੍ਹੇ ਹਾਂ ਜੀ। ਅਸੀਂ ਇੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਜਾਲਮਾਂ ਨੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਬਹੁਤ ਸੇਵਾ ਹੈ ਜੀ, ਜਿਨ੍ਹਾਂ ਨੇ ਪੂਰਾ ਪਰਿਵਾਰ ਗੁਰੂ ਪਰਿਵਾਰ ਦੇ ਲੇਖੇ ਲਗਾ ਦਿੱਤਾ ਜੀ, ਸੇਵਾ ਦੇ ਲੇਖੇ ਲਗਾ ਦਿੱਤਾ ਜੀ। ਮੇਰੇ ਕੋਲ ਸ਼ਬਦ ਨਹੀਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ, ਮੈਂ ਤਾਰੀਫ ਕਿਹੜੇ ਸ਼ਬਦਾਂ ਨਾਲ ਕਰਾਂ, ਕਿਉਂਕਿ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਘੱਟ ਨਹੀਂ ਹੈਗੀ। ਜਿੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਛਕਾਇਆ, ਉੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣਾ ਪੂਰਾ ਪਰਿਵਾਰ ਵੀ ਗੁਰੂ ਦੇ ਪਰਿਵਾਰ ਤੋਂ ਲੇਖੇ ਲਾ ਦਿੱਤਾ ਜੀ। ਇਹ ਉਹ ਸਥਾਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਖਾਲਸਾ। ਆਪ ਸਭ ਸੰਗਤਾਂ ਨੇ ਸਰਹੰਦ ਦੀ ਧਰਤੀ 'ਤੇ ਵੱਖ ਵੱਖ ਗੁਰੂ ਅਸਥਾਨਾਂ ਦੇ ਦਰਸ਼ਨ ਕੀਤੇ ਹਨ, ਜੋਤੀ ਸਰੂਪ ਦੇ ਦਰਸ਼ਨ ਕੀਤੇ ਹਨ, ਠੰਡਾ ਬੁਰਜ ਦੇ ਦਰਸ਼ਨ ਕੀਤੇ ਹਨ, ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਹਨ, ਦੀਵਾਨ ਟੋਡਰਮੱਲ ਦੀ ਹਵੇਲੀ ਦੇ ਦਰਸ਼ਨ ਕੀਤੇ ਹਨ, ਅਤੇ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ ਹਨ। ਆਪ ਸਭ ਸੰਗਤਾਂ ਨੇ ਸਰਹੰਦ ਦੀ ਧਰਤੀ ਦੇ ਪੂਰੇ ਗੁਰੂ ਅਸਥਾਨਾਂ ਦੇ ਦਰਸ਼ਨ ਕੀਤੇ ਹਨ। ਮੇਰੇ ਨਾਲ ਨੇ ਰਾਜਨ ਵਰਮਾ ਕੈਮਰਾਮੈਨ, ਅਮੇਜ਼ਿੰਗ ਟੀ ਵੀ ਦੇਖਦੇ ਰਹੋ। ਹੁਣ ਮੈਨੂੰ ਦਿਓ ਇਜਾਜ਼ਤ, ਸਾਡੇ ਗੁਰੂ ਅਸਥਾਨ ਪ੍ਰੋਗਰਾਮ ਦੇ ਤਹਿਤ ਅਗਲੇ ਸਮੇਂ ਵਿੱਚ ਅਸੀਂ ਆਪ ਜੀਆਂ ਨੂੰ ਕਿਸੇ ਨਵੇਂ ਗੁਰੂ ਅਸਥਾਨ ਦਰਸ਼ਨ ਕਰਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।